ਸੁਰਲੋਕ ਗੁਰੂ ਤੇਗ ਬਹਾਦਰ ਮਹਾਰਾਜ ਸੱਚਖੰਡ ਬਿਆਨਾ ਕਰਦੇ ਆ। ਇੱਧਰ ਕਲਗੀਆਂ ਵਾਲਾ ਮੇਰਾ ਮਾਲਕ ਗੁਰੂ ਨਾਨਕ ਜੀ ਦੇ ਤਖ਼ਤ ਤੇ ਬਿਰਾਜਮਾਨ ਹੁੰਦੇ ਆ। 9 ਸਾਲ ਦੀ ਉਮਰ ਹੈ ਜੀ ਕਲਗੀਧਰ ਪਾਤਸ਼ਾਹ ਦੀ, ਜਿੱਦਣ ਹਜ਼ੂਰ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਹੋਏ। ਸਾਸਨ ਦਾ ਜਿੱਦਣ ਤਖ਼ਤ ਤੇ ਬੈਠੇ ਆ, ਮਹਾਰਾਜ ਨੇ ਜਿਸ ਅਨੰਦਪੁਰ ਦੀ ਧਰਤੀ ਤੇ, ਕਿਉਂਕਿ ਤਕਰੀਬਨ ਸੱਚੇ ਪਾਤਸ਼ਾਹ 20 ਸਾਲ ਤੋਂ ਵੱਧ ਸਮਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਤੀਤ ਕਰਦੇ ਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਇਹ ਵੀ ਮੈਂ ਆਪ ਜੀ ਦੇ ਗਿਆਨ ਹਿੱਤ ਬੇਨਤੀ ਕਰਦੇ ਹਾਂ। ਜਿਸ ਅਨੰਦਪੁਰ ਦੀ ਧਰਤੀ ਤੇ ਖਾਲਸਾ ਪ੍ਰਗਟ ਕਰਦਾ ਹੈ, ਇਹਦਾ ਨਾਮ ਵੀ ਅਨੰਦਪੁਰ ਗੁਰੂ ਗੋਬਿੰਦ ਸਿੰਘ ਰੱਖਦੇ ਆ, ਤੇ ਜਿਹੜਾ ਪੰਥ ਸਾਜਣਾ ਹੈ ਉਹਦਾ ਨਾਮ ਵੀ ਗੁਰੂ ਗੋਬਿੰਦ ਸਿੰਘ ਰੱਖਦਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਦਾ ਪਹਿਲਾ ਨਾਮ ਸੀ ਮਾਖੋਵਾਲ। ਗੁਰੂ ਤੇਗ ਬਹਾਦਰ ਮਹਾਰਾਜ ਇਹਨੂੰ ਖਰੀਦਦੇ ਆ ਇਸ ਜ਼ਮੀਨ ਨੂੰ, ਇੱਥੇ ਸਤਿਗੁਰਾਂ ਨੇ ਨਗਰ ਵਸਾਉਣਾ ਸ਼ੁਰੂ ਕੀਤਾ। ਪਹਿਲਾ ਨਾਮ ਸੀ ਇਹਦਾ ਮਾਖੋਵਾਲ, ਉਹ ਤੋਂ ਬਾਅਦ ਇਹਦਾ ਨਾਮ ਪੈ ਜਾਂਦਾ ਹੈ ਜੀ ਚੱਕ ਨਾਨਕੀ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਇਸ ਧਰਤੀ ਦਾ ਨਾਮ ਰੱਖਿਆ ਚੱਕ ਨਾਨਕੀ। ਪਰ ਜਿੱਦਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪੁੱਤਰ ਨੂੰ ਨਾਲ ਲੈ ਕੇ ਪਟਨਾ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਆਏ, ਕਿਉਂਕਿ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉਦੋਂ ਗੁਰੂ ਤੇਗ ਬਹਾਦਰ ਜੀ ਆਪਣੇ ਪੁੱਤਰ ਦੇ ਕੋਲ ਨਹੀਂ ਸਨ, ਮਹਾਰਾਜ ਸੱਚੇ ਪਾਤਸ਼ਾਹ ਅਸਾਮ ਦੀ ਧਰਤੀ ਵੱਲ ਸਨ। ਤੇ ਜਿੱਦਣ ਪਹਿਲੀ ਮੁਲਾਕਾਤ ਪਟਨਾ ਸਾਹਿਬ ਦੀ ਧਰਤੀ ਤੇ ਹੁੰਦੀ ਹੈ, ਤਕਰੀਬਨ 5-6 ਸਾਲਾਂ ਬਾਅਦ ਮਿਲੇ ਸਨ ਜੀ ਆ ਕੇ ਗੁਰੂ ਤੇਗ ਬਹਾਦਰ ਆਪਣੇ ਪੁੱਤਰ। ਨਹੀਂ ਤੇ ਸਾਡੇ ਮਨਾਂ ਵਿੱਚ ਚਾਹ ਹੁੰਦਾ ਹੈ ਜਦੋਂ ਪਤਾ ਲੱਗੇ ਮੇਰੇ ਘਰ ਵਿੱਚ ਪਰਮਾਤਮਾ ਨੇ ਔਲਾਦ ਬਖਸ਼ਿਸ਼ ਕਰਨੀ ਹੈ ਤੇ ਬੰਦਾ ਆਪਣੇ ਪਰਿਵਾਰ ਨੂੰ ਤੇ ਛੱਡ ਕੇ ਜਾਂਦਾ ਹੀ ਨਹੀਂ, ਤੇ ਜੇ ਕਿਤੇ ਮਨ ਨੂੰ ਦੂਰ ਵੀ ਹੋਵੇ ਤੇ ਜਦੋਂ ਕੰਨਾਂ ਵਿੱਚ ਸੁਨੇਹਾ ਪੈਂਦਾ ਹੈ ਕਿ ਮਾਲਕ ਨੇ ਦਾਤ ਬਖਸ਼ਿਸ਼ ਕੀਤੀ ਹੈ ਤੇ ਬੰਦਾ ਸਭ ਕੁਝ ਛੱਡ ਕੇ ਦੌੜ ਆਉਂਦਾ ਹੈ। ਪਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ 5-6 ਸਾਲਾਂ ਬਾਅਦ ਆ ਕੇ ਮਿਲਦੇ ਆ ਗੁਰੂ ਗੋਬਿੰਦ ਰਾਏ ਨੂੰ। ਪਹਿਲੀ ਮੁਲਾਕਾਤ ਹੋਈ ਸੀ ਪਟਨਾ ਸਾਹਿਬ, ਜਦੋਂ ਫਿਰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਪਹਿਲੀ ਵਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨਾ ਜੀ, ਉਦੋਂ ਨਾਮ ਸੀ ਨਗਰ ਦਾ ਚੱਕ ਨਾਨਕੀ। ਜਿੱਦਣ ਮਾਤਾ ਗੁਜਰੀ ਜੀ ਨਾਲ, ਮਾਤ ਨਾਨਕੀ ਜੀ ਨਾਲ, ਗੁਰੂ ਗੋਬਿੰਦ ਰਾਏ ਮਹਾਰਾਜ ਨਾਲ ਨੇ ਜਿੱਦਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲਾ ਕਦਮ ਰੱਖਿਆ ਕਲਗੀਆਂ ਵਾਲੇ ਨੇ, ਤੇ ਸਾਧ ਸੰਗਤ ਜੀ ਖੜੇ ਹੋ ਕੇ ਬਾਹਰ ਅੰਦਰ ਦੀ ਸੀ ਪ੍ਰਵੇਸ਼ ਕੀਤਾ, ਬਾਹਰ ਖੜੇ ਹੋ ਕੇ ਨਗਰ ਨੂੰ ਵੇਖ ਗਿਆ ਤੇ ਕਹਿ ਦਿੱਤਾ ਪਿਤਾ ਜੀ ਇਹ ਨਗਰ ਆਪ ਜੀ ਨੇ ਵਸਾਇਆ ਹੈ। ਤੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਹਾਂ ਗੋਬਿੰਦ ਰਾਏ, ਇਹ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਤੇ ਮੈਂ ਤੇਰੀ ਦਾਦੀ ਦੇ ਨਾਮ ਤੇ ਇਸ ਨਗਰ ਦਾ ਨਾਮ ਚੱਕ ਨਾਨਕੀ ਰੱਖਿਆ ਹੈ। ਤੇ ਉੱਥੇ ਗੁਰੂ ਗੋਬਿੰਦ ਰਾਏ ਮਹਾਰਾਜ ਆਖਦੇ ਆ, ਕਹਿਣ ਲੱਗੇ ਕਿੰਨਾ ਆਨੰਦ ਹੈ, ਇੱਥੇ ਸ਼ਬਦ ਵਰਤੇ ਸਨ, ਇੱਥੇ ਕਿੰਨਾ ਆਨੰਦ ਹੈ। ਤੇ ਉੱਥੇ ਮਹਾਰਾਜ ਜੀ ਨੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਸੀ, ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕੀਤਾ
ਤੇ ਕਹਿ ਦਿੱਤਾ ਪਿਤਾ ਜੀ ਆਨੰਦ ਹੀ ਆਨੰਦ ਹੈ। ਤੇ ਗੁਰੂ ਤੇਗ ਬਹਾਦਰ ਕਹਿਣ ਲੱਗੇ, ਗੋਬਿੰਦ ਰਾਏ ਤੂੰ 5-6 ਸਾਲਾਂ ਬਾਅਦ ਇੱਥੇ ਚਰਨ ਪਾਇਆ, ਅੱਜ ਤੋਂ ਬਾਅਦ ਇਹਦਾ ਨਾਮ ਆਨੰਦਪੁਰ ਹੋਏਗਾ, ਇਹਦਾ ਨਾਮ ਆਨੰਦਪੁਰ ਸਾਹਿਬ ਹੈ। ਮਾਖੋ ਬਾਦ ਤੋਂ ਚੱਕਨਾਨਕੀ, ਚੱਕਨਾਨਕੀ ਤੋਂ ਬਾਅਦ ਆਨੰਦਪੁਰ ਸਾਹਿਬ। ਤੇ ਉਹ ਵਾਕੀ ਜੀ ਉਹ ਆਨੰਦਾਂ ਦੀ ਪੂਰੀ ਸੀ, ਉਹ ਉੱਥੇ ਕੋਈ ਐਸਾ ਸੁੱਖ ਨਹੀਂ ਸੀ, ਇੰਤਜਾਪਦਾ ਸੀ ਜਿਵੇਂ ਉਹ ਨਗਰ ਧਰਤੀ ਤੇ ਨਾ ਹੋਵੇ, ਉਹ ਨਗਰ ਸੱਚਖੰਡ ਤੇ ਹੋਵੇ। ਤੇ ਕਈ ਵਾਰ ਤੇ ਭੁਲੇਖਾ ਵੀ ਪੈਂਦਾ ਸੀ, ਜਿਹੜਾ ਬਚਨ ਭਗਤ ਰਵਿਦਾਸ ਜੀ ਨੇ ਜਿਸ ਸ਼ਹਿਰ ਦਾ ਨਕਸ਼ਾ ਖਿੱਚਿਆ ਸੀ ਕਿ ਬੇਗਮ ਪੂਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਈ ਖੂਬ ਵਤਨ ਕਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਭਗਤ ਰਵਿਦਾਸ ਜੀ ਨੇ ਆਖਿਆ ਸੀ ਬੇਗਮ ਪੂਰਾ, ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਦੁੱਖ ਨਹੀਂ। ਤੇ ਗੁਰੂ ਕਲਗੀਧਰ ਪਾਤਸ਼ਾਹ ਆਖਦੇ ਆ ਉਹ ਬੇਗਮ ਪੂਰਾ ਸੀ ਤੇ ਇਹ ਆਨੰਦਪੁਰਾ ਹੈ, ਇਹ ਆਨੰਦਪੁਰ ਹੈ, ਇੱਥੇ ਕੋਈ ਗਮ ਨਹੀਂ, ਇੱਥੇ ਰਹਿਣ ਵਾਲੇ ਨੂੰ ਕੋਈ ਦੁੱਖ ਨਹੀਂ ਲੱਗੇਗਾ। ਇਹ ਸੱਚਾਈ ਹੈ ਜੀ, ਜਿੱਥੇ ਧੰਨ ਗੁਰੂ ਨਾਨਕ ਜੀ ਦੀ ਜੋਤ ਨੇ ਚਰਨ ਪਾਏ ਆ ਉਹ ਨਗਰਾਂ ਨੂੰ ਭਾਗ ਲੱਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਲਵੰਡੀ ਨੂੰ ਭਾਗ ਲਾਇਆ, ਫਿਰ ਕਰਤਾਰਪੁਰ ਨੂੰ ਭਾਗ ਲਾਇਆ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨੂੰ ਭਾਗ ਲਾਏ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨੂੰ ਭਾਗ ਲਾਇਆ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨੂੰ ਭਾਗ ਲਾਇਆ, ਗੁਰੂ ਅਰਜਨ ਦੇਵ ਜੀ ਤਰਨ ਤਾਰਨ ਨੂੰ ਭਾਗ ਲਾਉਂਦੇ ਆ, ਛੇਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਹਰਗੋਬਿੰਦਪੁਰੇ ਨੂੰ ਭਾਗ ਲਾਉਂਦੇ ਆ, ਸੱਤਵੇਂ ਪਾਤਸ਼ਾਹ ਕੀਰਤਪੁਰ ਨੂੰ ਭਾਗ ਲਾਉਂਦੇ ਆ, ਅੱਠਵੇਂ ਪਾਤਸ਼ਾਹ ਦਿੱਲੀ ਨੂੰ ਭਾਗ ਲਾਉਂਦੇ ਆ, ਨੌਵੇਂ ਪਾਤਸ਼ਾਹ ਆਨੰਦਪੁਰ ਨੂੰ ਭਾਗ ਲਾਉਂਦੇ ਆ, ਤੇ ਜਿੱਥੇ ਦਸਵੇਂ ਪਾਤਸ਼ਾਹ ਜੀ ਵਿਰਾਜਮਾਨ ਨੇ, ਚੇਤਰ ਚ ਗੁਰੂ ਦੇ ਚਰਨਾਂ ਦੀ ਤਾਕਤ ਹੈ, ਜਿੱਥੇ ਗੁਰੂ ਖੁਦ ਖੜਾ ਹੋ ਜਾਏ ਉੱਥੇ ਦੁੱਖ ਵੀ ਆਉਣ ਤੋਂ ਡਰਦਾ ਹੈ। ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ, ਤੁਸੀਂ ਦੇਖੋ ਕਦੇ ਕਿ ਸਾਡੇ ਗੁਰੂ ਸਾਹਿਬਾਂ ਵਿੱਚ ਕਿੰਨੀ ਸਮਰੱਥਾ ਹੈ। ਗੁਰੂ ਅਮਰਦਾਸ ਨੇ ਇੱਕ ਵਾਰ ਆਖਿਆ ਸੀ ਗੋਇੰਦਵਾਲ ਸਾਹਿਬ ਦੀ ਘਟਨਾ, ਮੈਂ ਟੂਕ ਮਾਤਰ ਨਿਕਲਿਆ ਜੀ ਆਪਣੇ ਪ੍ਰਸੰਗ ਚੋਂ, ਬਸ ਟੂਕ ਮਾਤਰ। ਗੁਰੂ ਅਮਰਦਾਸ ਜੀ ਨੇ ਇੱਕ ਵਾਰ ਆਖਿਆ ਸੀ, ਇੱਕ ਬਜ਼ੁਰਗ ਮਾਈ ਆਈ, ਕਹਿਣ ਲੱਗੀ ਪਾਤਸ਼ਾਹ ਮੇਰਾ ਪੁੱਤਰ ਚੜ੍ਹਾਈ ਕਰ ਗਿਆ ਹੈ, ਮਾਂ ਰੋ ਰਹੀ ਹੈ। ਤੇ ਗੁਰੂ ਅਮਰਦਾਸ ਜੀ ਬੜੇ ਦਿਆਲੂ ਸਨ, ਮਹਾਰਾਜ ਕਹਿਣ ਲੱਗੇ ਮਾਂ ਤੇਰਾ ਪੁੱਤਰ ਚੜ੍ਹਾਈ ਕਰ ਗਿਆ ਹੈ। ਕਹਿਣ ਲੱਗੇ ਘਬਰਾ ਨਾ, ਕੁਝ ਨਹੀਂ ਹੁੰਦਾ ਤੇਰੇ ਪੁੱਤਰ ਨੂੰ। ਤੇ ਉੱਥੇ ਮਹਾਰਾਜ ਨੇ ਬਚਨ ਆਖਿਆ ਸੀ, ਕਹਿਣ ਲੱਗਾ ਜਿੰਨੇ ਟਾਈਮ ਮੈਂ ਸਰੀਰ ਕਰਕੇ ਇਸ ਧਰਤੀ ਤੇ ਆ ਉਹਨਾਂ ਚਿਰ ਤੱਕ ਮੌਤ ਵੀ ਗੋਇੰਦਵਾਲ ਦੀ ਹੱਦ ਨਹੀਂ ਪਾਰ ਕਰ ਸਕੀ। ਕਿਸੇ ਮਾਂ ਦਾ ਪੁੱਤਰ ਚੜ੍ਹਾਈ ਨਹੀਂ ਕਰੇਗਾ, ਕਿਸੇ ਮਾਂ ਦੇ ਪੁੱਤਰ ਦੀ ਮੌਤ ਨਹੀਂ ਹੋਏਗੀ। ਮੈਂ ਆਪਣੀ ਅੱਖਾਂ ਦੇ ਸਾਹਮਣੇ ਕਿਸੇ ਮਾਂ ਨੂੰ ਰੋਂਦਾ ਨਹੀਂ ਵੇਖ ਸਕਦਾ। ਇਤਿਹਾਸ ਸਾਡਾ ਗਵਾਹੀ ਦਿੰਦਾ ਜੀ, ਜਿੰਨਾ ਚਿਰ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਰਹੇ ਕਿਸੇ ਮਾਂ ਦਾ ਪੁੱਤਰ ਨਹੀਂ ਸੀ ਮਰਿਆ। ਇਹ ਗੁਰੂ ਸਾਹਿਬ ਦੇ ਚਰਨਾਂ ਦੀ ਬਖਸ਼ਿਸ਼ ਹੈ। ਹੁਣ ਜਿਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਭਾਗ ਲਾ ਰਿਹਾ, ਸਾਧ ਸੰਗਤ ਇੱਥੇ ਮਹਾਰਾਜ ਕੋਲ ਸਵਾਰੀ ਸਿੱਖਦੇ ਆ ਅਨੰਦਪੁਰ ਸਾਹਿਬ ਦੀ ਧਰਤੀ,
ਇੱਥੇ ਸੱਚੇ ਪਾਤਸ਼ਾਹ ਜੀ ਨੇ ਤੀਰ ਅੰਦਾਜ਼ੀ ਸਿੱਖੀ ਹੈ, ਇੱਥੇ ਤਿਆਰ ਹੋਇਆ ਮੇਰਾ ਮਾਲਕ, ਫਿਰ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੇਰਾ ਮਾਲਕ ਪਹੁੰਚ ਗਿਆ ਪੌਂਟਾ ਸਾਹਿਬ ਦੀ ਧਰਤੀ ਤੇ। ਜਿੱਦਣ ਮੇਰੇ ਮਾਲਕ ਦੇ ਮਨ ਵਿੱਚ ਖਿਆਲ ਆਇਆ ਕਿ ਇੱਕ ਐਸਾ ਪੰਥ ਸਾਜਣ ਹੈ, ਉਹਦੀ ਲੋੜ ਮਹਿਸੂਸ ਹੋਈ, ਉਹ ਲੋੜ ਪੌਂਟਾ ਸਾਹਿਬ ਦੀ ਧਰਤੀ ਤੇ ਹੋਈ। ਜਿੱਦਣ ਗੁਰੂ ਗੋਬਿੰਦ ਸਿੰਘ ਸਾਹਿਬ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਨਾ ਜੀ, ਕਿਉਂਕਿ ਤੁਸੀਂ ਜਾਣਦੇ ਹੋ 14 ਜੰਗਾਂ ਲੜੀਆਂ ਨੇ ਦਸਵੇਂ ਪਾਤਸ਼ਾਹ ਨੇ, ਤੇ ਪਹਿਲੀ ਜੰਗ ਪੌਂਟਾ ਸਾਹਿਬ ਦੀ ਧਰਤੀ ਤੇ ਹੋਈ ਹੈ, ਜਿਹਨੂੰ ਪੰਗਾਲੀ ਦੀ ਜੰਗ ਕਰਕੇ ਜਾਣਿਆ ਜਾਂਦਾ। ਇਹ ਜੰਗ ਪਹਾੜੀ ਰਾਜਿਆਂ ਦੇ ਨਾਲ ਹੋਈ ਹੈ, ਤੇ ਸਾਸੰਗਤ ਪੰਗਾਲੀ ਦੀ ਜੰਗ ਤਾਂ ਕਿਹਾ ਜਾਂਦਾ ਸੀ ਕਿਉਂਕਿ ਜਿਸ ਥਾਂ ਤੇ ਇਹ ਜੰਗ ਹੋਈ ਸੀ ਉੱਥੇ ਇੱਕ ਪਿੰਡ ਸੀ, ਉਸ ਪਿੰਡ ਦਾ ਨਾਮ ਸੀ ਪੰਗਾਲੀ, ਤਾਂ ਇਹਨੂੰ ਪੰਗਾਲੀ ਦੀ ਜੰਗ ਦੇ ਨਾਮ ਨਾਲ ਜਾਣਿਆ ਜਾਂਦਾ। ਇਹ ਜਿਹੜੀ ਪਹਿਲੀ ਜੰਗ ਹੋਈ ਹੈ, ਇਸ ਜੰਗ ਵਿੱਚ ਪਤਾ ਕੌਣ ਲੜੇ ਸਨ? ਇੱਕ ਪਾਸੇ ਤੇ ਪਠਾਨ ਸਨ, ਕਿਉਂਕਿ ਪਠਾਨਾਂ ਨੇ ਸਾਥ ਛੱਡ ਦਿੱਤਾ ਸੀ ਮਹਾਰਾਜ ਦਾ, ਪਠਾਨ ਸਨ, ਪਹਾੜੀ ਰਾਜੇ ਸਨ, ਤੇ ਸਾਧ ਸੰਗਤ ਜੀ ਉਸ ਜੰਗ ਵਿੱਚ ਮੁਗਲਾਂ ਨੇ ਵੀ ਥੋੜ੍ਹੀ ਜਿਹੀ ਸ਼ਿਰਕਤ ਕੀਤੀ, ਤੇ ਇਸ ਜੰਗ ਵਿੱਚ ਗੁਰੂ ਸਾਹਿਬ ਵਾਲੇ ਪਾਸੋਂ ਪਤਾ ਕੌਣ ਲੜੇ ਸਨ? ਜਿਹੜੀ ਪਹਿਲੀ ਜੰਗ ਹੋਈ, ਇਸ ਜੰਗ ਵਿੱਚ ਹਲਵਾਈ ਲੜਿਆ, ਇਸ ਜੰਗ ਵਿੱਚ ਦੁਕਾਨਦਾਰ ਲੜੇ, ਇਸ ਜੰਗ ਵਿੱਚ ਖੇਤੀ ਕਰਨ ਵਾਲੇ ਜ਼ਿਮੀਂਦਾਰ ਲੜੇ, ਇਸ ਜੰਗ ਵਿੱਚ ਮੱਝੀਆਂ ਚਾਰ ਮਾੜਾ ਲੜਿਆ, ਇਸ ਜੰਗ ਵਿੱਚ ਬੰਦਗੀ ਕਰਨ ਵਾਲਾ, ਸਮਾਧੀ ਲਾਉਣ ਵਾਲਾ ਮਹੰਤ ਲੜਿਆ, ਜਿਹਨੇ ਆਪਣੇ ਪੁੱਤਕੇ ਦੇ ਨਾਲ ਇੱਕ ਪਠਾਨ ਦਾ ਸਿਰ ਦੇ ਦਿੱਤਾ ਸੀ। ਜਿਹੜੀ ਪਹਿਲੀ ਜੰਗ ਹੋਈ, ਇਸ ਜੰਗ ਵਿੱਚ ਕੋਈ ਬਹਾਦਰ ਜਾਂ ਮੈਂ ਨਹੀਂ ਸਨ ਮਹਾਰਾਜ ਵੱਲੋਂ, ਜਿਨ੍ਹਾਂ ਨੂੰ ਟ੍ਰੇਡ ਕੀਤਾ ਗਿਆ ਹੋਵੇ, ਨਹੀਂ, ਦੁਕਾਨਦਾਰ, ਮੱਝੀਆਂ ਚਾਰਨ ਵਾਲੇ, ਖੇਤੀ ਕਰਨ ਵਾਲੇ, ਹਲਵਾਈ ਦਾ ਕੰਮ ਕਰਨ ਵਾਲੇ, ਇਹ ਲੜੇ ਸਨ। ਉਦਣ ਮਹਾਰਾਜ ਨੇ ਦੇਖਿਆ ਕਿ ਇਹ ਲੜ ਸਕਦੇ ਨੇ, ਪਰ ਇਹਨਾਂ ਵਿੱਚ ਕਾਇਰਤਾ ਭਰੀ ਹੈ, ਇਹਨਾਂ ਵਿੱਚ ਹਿੰਮਤ ਪੈਦਾ ਕਰਨੀ ਪਏਗੀ, ਇਹਨਾਂ ਵਿੱਚ ਅਣਖ ਪੈਦਾ ਕਰਨੀ ਪਏਗੀ, ਇਹਨਾਂ ਵਿੱਚ ਬਹਾਦਰੀ ਪੈਦਾ ਕਰਨੀ ਪਏਗੀ। ਜਦੋਂ ਮਹਾਰਾਜ ਨੇ ਬੰਗਾਰ ਦਿੱਤੀ ਨਾ ਕਿ ਮੁਗਲਾਂ ਨੇ ਕਿੰਨੇ ਸਾਲਾਂ ਤੋਂ ਤੁਹਾਨੂੰ ਗੁਲਾਮੀ ਵਿੱਚ ਜਕੜਿਆ ਹੋਇਆ ਹੈ, ਹਿੰਦੁਸਤਾਨ ਦੇ ਲੋਕੋ, ਤੁਸੀਂ ਕਿਉਂ ਨਹੀਂ ਮੁਕਾਬਲਾ ਕਰਦੇ, ਕਿਉਂ ਨਹੀਂ ਟਾਕਰਾ ਕਰਦੇ? ਤੇ ਹਿੰਦੁਸਤਾਨ ਦੇ ਲੋਕਾਂ ਨੇ ਪਤਾ ਕੀ ਆਖਿਆ ਸੀ? ਉਹ ਆਖਦੇ ਸਨ, ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਲੜਨ ਦੀਆਂ ਗੱਲਾਂ ਕਰਦੇ, ਸਾਡਾ ਹੌਸਲਾ ਨਹੀਂ ਪੈਂਦਾ, ਅਸੀਂ ਤੇ ਡਰਦੇ ਹਾਂ ਇਹਨਾਂ ਨਾਲ ਲੜਨ ਤੋਂ। ਪੁੱਛਿਆ ਕਿ ਕਿਉਂ? ਕਹਿ ਦਿੱਤਾ, ਮਹਾਰਾਜ, ਸਾਰੀ ਜ਼ਿੰਦਗੀ ਤਕੜੀਆਂ ਤੋਲਦੇ ਰਹੇ ਹਾਂ, ਸਤਿਗੁਰੂ ਜੀ, ਚਿੜੀ ਉੱਡਦੀ ਹੈ ਤੇ ਡਰ ਜਾਂਦੇ ਹਾਂ, ਮੁਗਲਾਂ ਨਾਲ ਦੱਸੋ ਕਿਵੇਂ ਲੜੀਏ? ਉਹਨਾਂ ਨੇ ਸ਼ਬਦ ਕਹੇ ਸਨ ਕਿ ਇਨ ਹਾਥਾਂ ਸੇ ਤੋਲੇ ਤਕੜੀ, ਨੰਗੀ ਗਰਦ ਕਦੀ ਨਾ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਮਹਾਰਾਜ ਨੇ ਆਖਿਆ, ਇਹ ਜ਼ਰੂਰੀ ਹੈ, ਮੈਂ ਸਮਝ ਗਿਆ ਤੁਹਾਨੂੰ, ਤੁਸੀਂ ਲੜਨਾ ਤੇ ਚਾਹੁੰਦੇ ਹੋ ਪਰ ਤੁਸੀਂ ਡਰਦੇ, ਤੁਹਾਡੇ ਵਿੱਚ ਅਣਖ ਖਤਮ ਹੋ ਚੁੱਕੀ ਹੈ, ਤੁਹਾਡੇ ਵਿੱਚ ਬਹਾਦਰੀ ਮਰ ਚੁੱਕੀ ਹੈ। ਤੇ ਸਾਧ ਸੰਗਤ ਜੀ,
ਮਹਾਰਾਜ ਨੇ ਉਧਰ ਮਹਿਸੂਸ ਕੀਤਾ, ਕਹਿ ਦਿੱਤਾ ਅੱਜ ਤੁਸੀਂ ਕਹਿੰਦੇ ਹੋ ਨੰਗੀ ਕਰਦ ਨਹੀਂ ਕਦੀ ਫੜੀ, ਚਿੜੀ ਉੱਡਦੀ ਆ ਤੇ ਡਰਦੇ ਆ। ਮਹਾਰਾਜ ਨੇ ਅਕਾਲ ਪੁਰਖ ਵੱਲ ਵੇਖਿਆ ਤੇ ਸੱਜੇ ਪਾਤਸ਼ਾਹ ਨੇ ਗਰਜਵੀਂ ਆਵਾਜ਼ ਵਿੱਚ ਆਖਿਆ, ਕਹਿ ਦਿੱਤਾ ਘਬਰਾਓ ਮੱਤ, ਇਹੋ ਜੀ ਤਾਕ ਦੇ ਦਿਆਂਗਾ, ਇਹੋ ਜਿਹਾ ਪੰਥ ਸਾਜ ਦਿਆਂਗਾ। ਤੁਸੀਂ ਕਹਿੰਦੇ ਹੋ ਨੰਗੀ ਕਰਦ ਨਹੀਂ ਕਦੀ ਫੜੀ, ਚਿੜੀ ਤੋਂ ਡਰ ਲੱਗਦਾ ਹੈ। ਮਹਾਰਾਜ ਨੇ ਆਖਿਆ ਚਿੜੀਆਂ ਕੋਲੋਂ ਬਾਜ ਉਡਾ ਦਿਆਂਗਾ, ਸਵਾ ਲੱਖ ਨਾਲ ਇੱਕ ਲੜਾ ਦਿਆਂਗਾ, ਇਹੋ ਜਿਹਾ ਖਾਲਸਾ ਪੰਥ ਸਜਾ ਦਿਆਂਗਾ, ਇਹੋ ਜਿਹਾ ਪੰਥ ਸਜਾਵਾਂਗਾ ਮੈਂ। ਜਿਹੜੇ ਬਚਨ ਕਹੇ ਸਨ ਕਿ ਸਵਾ ਲੱਖ ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਇਹਦੀ ਤਿਆਰੀ ਪਾਉਂਟਾ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੈ। ਸਾਧ ਸੰਗਤ ਹਜ਼ੂਰ ਨੇ ਉੱਥੇ ਮਹਿਸੂਸ ਕੀਤਾ ਜੰਗ ਭਾਵੇਂ ਜਿੱਤ ਲਈ ਗਈ ਪਰ ਮਹਾਰਾਜ ਨੇ ਆਖਿਆ ਇਹਨਾਂ ਵਿੱਚ ਅਣਖ ਪੈਦਾ ਕਰਨੀ ਪੈਣੀ ਹੈ। ਸਾਧ ਸੰਗਤ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਕੁਛ ਸਮਾਂ ਬਤੀਤ ਕੀਤਾ ਤੇ ਇਹ ਵੀ ਮੈਂ ਬੇਨਤੀ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਉਹ ਹੈ ਜਿਹੜਾ ਸਾਡਾ ਭੂਤਕਾਲ ਵੀ ਜਾਣਦਾ ਹੈ ਤੇ ਸਾਡਾ ਭਵਿੱਖ ਵੀ ਜਾਣਦਾ। ਤੁਸੀਂ ਸਾਰੇ ਗੁਰੂ ਸਾਹਿਬ ਦੀ ਹਦੂਦ ਵਿੱਚ ਬੈਠੇ ਹੋ, ਇੰਨਾ ਕੁ ਭਰੋਸਾ ਲੈ ਕੇ ਆਇਆ ਕਰੋ ਤੇ ਬੈਠਿਆ ਕਰੋ ਕਿ ਜਿਸ ਸਤਿਗੁਰੂ ਜੀ ਦੇ ਸਾਹਮਣੇ ਤੁਸੀਂ ਬੈਠੇ ਹੋ ਨਾ, ਉਹ ਤੁਹਾਡੀਆਂ ਸਾਰੀਆਂ ਜਾਣਦਾ ਹੈ। ਤੁਸੀਂ ਹੋਰਾਂ ਤੋਂ ਲੁਕੋ ਸਕਦੇ ਹੋ ਜੀ, ਗੁਰੂ ਸਾਹਿਬ ਤੋਂ ਨਹੀਂ ਲੁਕੋ ਸਕਦੇ, ਇਹ ਸੱਚਾਈ ਹੈ। ਮੈਂ ਕਿਸੇ ਵਿਦਵਾਨ ਨੂੰ ਪੜ੍ਹ ਰਿਹਾ ਸਾਂ, ਬੜੀ ਪਿਆਰੀ ਬਾਤ ਲਿਖੀ ਉਹਨੇ, ਉਹ ਆਖਦੇ ਦੁਨੀਆਂ ਤੇ ਦੋ ਸ਼ਖਸ ਐਸੇ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਚਾਹ ਕੇ ਵੀ ਕੁਝ ਨਹੀਂ ਲੁਕੋ ਸਕਦੇ। ਵੇਖੋ ਕਈ ਵਾਰ ਨਾ ਬੰਦਾ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ, ਪਤੀ ਆਪਣੀ ਪਤਨੀ ਤੋਂ ਵੀ ਲੁਕੋ ਲੈਂਦਾ, ਪਤਨੀ ਆਪਣੇ ਪਤੀ ਤੋਂ ਵੀ ਲੁਕੋ ਲੈਂਦੀ। ਵੇਖੋ ਜਿਹੜਾ ਜੀਵਨ ਸਾਥੀ ਹੈ, ਜੇਕਰ ਸਾਰੀ ਜ਼ਿੰਦਗੀ ਜੀਣੀ ਹੈ, ਪਤੀ ਕੁਝ ਗੱਲਾਂ ਸਾਰੀ ਜ਼ਿੰਦਗੀ ਪਤਨੀ ਤੋਂ ਲੁਕੋ ਕੇ ਰੱਖਦਾ, ਕੁਝ ਗੱਲਾਂ ਪਤਨੀ ਸਾਰੀ ਜ਼ਿੰਦਗੀ ਪਤੀ ਤੋਂ ਲੁਕੋ ਕੇ ਰੱਖਦੀ ਹੈ, ਕੁਝ ਗੱਲਾਂ ਅਸੀਂ ਆਪਣੇ ਮਾਂ ਬਾਪ ਤੋਂ ਵੀ ਲੁਕੋ ਕੇ ਰੱਖਦੇ ਹਾਂ, ਕੁਝ ਗੱਲਾਂ ਜਿਹੜੇ ਸਾਡੇ ਮਿੱਤਰ ਨੇ ਜਿੰਨਾ ਅਸੀਂ ਖਾਂਦੇ ਹਾਂ, ਬੈਠਦੇ ਹਾਂ, ਉੱਠਦੇ ਹਾਂ, ਦਿਨ ਰਾਤ ਘੁੰਮਦੇ ਹਾਂ, ਕੁਝ ਗੱਲਾਂ ਅਸੀਂ ਆਪਣੇ ਜਿਗਰੀ ਯਾਰਾਂ ਤੋਂ ਵੀ ਲੁਕੋ ਲੈਂਦੇ, ਅਸੀਂ ਬੜਾ ਕੁਝ ਲੁਕੋ ਲੈਂਦੇ ਹਾਂ ਜੀ ਚੀਜ਼ਾਂ, ਪਰ ਦੋ ਸ਼ਖਸੀਅਤਾਂ ਤੋਂ ਕਦੀ ਨਹੀਂ ਲੁਕੋ ਸਕਦੇ। ਇੱਕ ਪਤਾ ਕੌਣ ਹੈ, ਇੱਕ ਤੇ ਗੁਰੂ ਸਾਹਿਬ ਹੈ ਤੇ ਪਰਮਾਤਮਾ ਹੈ, ਇਹ ਤੋਂ ਅਸੀਂ ਨਹੀਂ ਲੁਕੋ ਸਕਦੇ, ਕਿਉਂਕਿ ਤੁਸੀਂ ਰੋਜ਼ ਬਚਨ ਪੜ੍ਹਦੇ ਹੋ ਕਿ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਤੁਸੀਂ ਭਲਾ ਕਰ ਰਹੇ ਹੋ ਤੁਸੀਂ ਮਾੜਾ ਕਰ ਰਹੇ ਹੋ ਸਭ ਕੁਝ ਜਾਣਦਾ ਹੈ, ਉੱਤੋਂ ਨਹੀਂ ਲੁਕੋ ਸਕਦੇ। ਦੂਸਰਾ ਪਤਾ ਕੌਣ ਹੈ, ਦੂਸਰਾ ਖੁਦ ਤੁਸੀਂ ਆਪ, ਤੁਸੀਂ ਆਪਣੇ ਆਪ ਤੋਂ ਵੀ ਲੁਕੋ ਸਕਦੇ। ਮੈਨੂੰ ਪਤਾ ਮੈਂ ਕੀ ਹਾਂ, ਮੇਰੇ ਅੰਦਰ ਕੀ ਹੈ, ਲੋਕਾਂ ਨੂੰ ਥੋੜ੍ਹਾ ਪਤਾ ਹੈ ਮੇਰੇ ਅੰਦਰ ਕੀ, ਮੈਂ ਖੁਦ ਆਪਣੇ ਆਪ ਤੋਂ ਲੁਕੋ ਸਕਦਾ, ਦੂਜਾ ਰੱਬ ਤੋਂ ਨਹੀਂ ਲੁਕੋ ਸਕਦਾ, ਬਾਕੀ ਸਾਰੀ ਦੁਨੀਆਂ ਤੋਂ ਲੁਕੋ ਸਕਦਾ ਹਾਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਹੈ, ਉਹਤੋਂ ਤੁਹਾਡਾ ਪਾਸਟ ਵੀ ਨਹੀਂ ਲੁਕਿਆ ਤੇ ਉਹਨੂੰ ਤੁਹਾਡਾ ਫਿਊਚਰ ਵੀ ਪਤਾ ਹੈ ਕਿ ਤੁਹਾਡੇ ਅੱਗੇ ਕੀ ਹੋਣਾ, ਤੁਹਾਡੀ ਪਿਛਲੀ ਜ਼ਿੰਦਗੀ ਕਿਵੇਂ ਲੰਘੀ ਹੈ।
ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਨ ਜਿਨ੍ਹਾਂ ਨੇ ਦੁਨੀਆ ਤੇ ਇੱਕੋ ਇੱਕ ਸਤਿਗੁਰੂ ਜੀ ਐਸੇ ਹੋਏ ਨੇ ਜੀ ਸਾਰੇ ਧਰਮਾਂ ਵਿੱਚੋਂ ਸਾਰੇ ਪੈਗੰਬਰਾਂ ਵਿੱਚੋਂ ਜਿਨ੍ਹਾਂ ਨੇ ਆਪਣੀ ਆਤਮ ਕਥਾ ਆਪ ਲਿਖੀ ਹੈ। ਗੁਰੂ ਗੋਬਿੰਦ ਸਿੰਘ ਜੀ ਆਤਮ ਕਥਾ ਆਪਣੇ ਹੱਥੀ ਲਿਖੀ ਹੈ ਤੇ ਆਪਣੇ ਪਿਛਲੇ ਜਨਮ ਦੀ ਕਥਾ ਲਿਖੀ। ਹੁਣ ਮੈਨੂੰ ਨਹੀਂ ਪਤਾ ਮੇਰਾ ਪਿਛਲਾ ਜਨਮ ਕਿਹੜਾ ਸੀ, ਕਿਸੇ ਨੂੰ ਨਹੀਂ ਪਤਾ, ਪਰ ਗੁਰੂ ਗੋਬਿੰਦ ਸਿੰਘ ਨੂੰ ਪਤਾ ਹੈ ਕਿ ਮੇਰਾ ਪਿਛਲਾ ਜਨਮ ਕਿਹੜਾ ਸੀ। ਜਦੋਂ ਹੇਮਕੁੰਡ ਸਾਹਿਬ ਪਰਬਤ ਤੇ ਬਗਦੀ ਕਰਦੇ ਉਹ ਪਿਛਲਾ ਜਨਮ ਸੀ ਦੁਸ਼ਟ ਦਮਨ ਦਾ, ਉਹਨਾਂ ਨੇ ਆਖਿਆ ਅੱਬ ਮੈਂ ਆਪਣੀ ਕਥਾ ਵਿਖਾਲੋ ਕਿ ਮੈਂ ਆਪਣੀ ਕਥਾ ਨੂੰ ਗਿਆਨ ਕੀਤਾ ਹੈ ਦਸ਼ਮ ਗ੍ਰੰਥ ਦੀ ਬਾਣੀ ਵਿੱਚ ਜਿੱਥੇ ਮੈਂ ਹੇਮਕੁੰਟ ਜੋ ਸੱਤ ਪਹਾੜਾਂ ਦੀਆਂ ਚੋਟੀਆਂ ਦੇ ਵਿਚਕਾਰ ਹੈ ਜਿੱਥੇ ਬੈਠ ਕੇ ਮੈਂ ਤਪ ਕੀਤਾ ਤੇ ਆਖਿਆ ਸੀ ਉਸੇ ਧਰਤੀ ਤੇ ਮੈਨੂੰ ਅਕਾਲ ਪੁਰਖ ਨੇ ਦੋ ਗੱਲਾਂ ਕਹੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਇੱਕ ਪਹਿਲੀ ਗੱਲ ਕਹੀ ਦੁਸ਼ਟ ਦਮਨ ਤੁਹਾਨੂੰ ਦੁਨੀਆਂ ਤੇ ਜਾਣਾ ਪੈਣਾ ਹੈ, ਕਿਸ ਲਈ ਦੁਨੀਆਂ ਤੇ ਪਾਪ ਵੱਧ ਚੁੱਕਾ ਹੈ, ਹੁਣ ਪਾਪ ਦਾ ਖਾਤਮਾ ਕਰਨ ਲਈ ਇੱਕ ਐਸਾ ਪੰਥ ਸਾਜਣਾ ਪਏਗਾ ਜਿਹੜਾ ਪੰਥ ਜਿਹਦਾ ਸਿੱਧਾ ਸੰਬੰਧ ਮੇਰੇ ਨਾਲ ਹੋਏਗਾ। ਇਹ ਅਕਾਲ ਪੁਰਖ ਨੇ ਆਖਿਆ ਐਸਾ ਪੰਥ ਸਾਜਣਾ ਪਏਗਾ ਜਿਹਦਾ ਸਿੱਧਾ ਸੰਬੰਧ ਮੇਰੇ ਨਾਲ ਹੋਏਗਾ ਤੇ ਕਹਿ ਦਿੱਤਾ ਤੁਹਾਨੂੰ ਮੈਂ ਦੁਨੀਆਂ ਤੇ ਭੇਜਣਾ ਧਰਮ ਨੂੰ ਸੰਭਾਲਣ ਲਈ, ਦੁਖੀਆਂ ਦਾ ਪਾਪੀਆਂ ਦਾ ਨਾਸ਼ ਕਰਨ ਲਈ। ਤੇ ਉਧਰ ਸ਼ਬਦ ਕਹੇ ਸਨ ਗੁਰੂ ਦੁਸ਼ਟ ਦਮਨ ਜੀ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਦੁਨੀਆਂ ਤੇ ਘੱਲ ਰਿਹਾ। ਸ਼ਬਦ ਵਰਤੇ ਸਨ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪ੍ਰਚੁਰ ਗਰਵੇ ਕੋ ਸਾਜਾ ਜਹਾਂ ਤਹਾਂ ਤੇ ਧਰਮ ਚਲਾਏ ਕੁਬਤ ਕਰਨ ਤੇ ਲੋਕ ਹਟਾਏ। ਤੇ ਕਹਿ ਦਿੱਤਾ ਗੋਬਿੰਦ ਰਾਏ ਜੀ ਨੂੰ ਕਿ ਤੁਸੀਂ ਦੁਨੀਆਂ ਤੇ ਜਾ ਕੇ ਪੰਥ ਸਾਜਣਾ ਜਿਹੜਾ ਪੰਥ ਸਿੱਧਾ ਮੇਰੇ ਨਾਲ ਕੁਨੈਕਟ ਰੱਖੇਗਾ, ਕਿਉਂਕਿ ਜਿਹੜਾ ਖਾਲਸਾ ਹੈ ਜਿਹੜਾ ਸਾਜਿਆ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕੇਵਲ ਤੇ ਕੇਵਲ ਇੱਕ ਅਕਾਲ ਨੂੰ ਮੰਨਦਾ ਹੈ। ਜੇ ਅਸੀਂ ਸਿੱਧਾ ਜਿਹਾ ਸਵਾਲ ਕਰੀਏ ਵੀ ਖਾਲਸਾ ਕੀ ਹੈ, ਸਿੱਧਾ ਜਿਹਾ ਸਵਾਲ ਵੀ ਖਾਲਸਾ ਕੀ ਹੈ, ਤੇ ਚਾਰ ਕੁ ਪੰਕਤੀਆਂ ਵਿੱਚ ਇਹਦਾ ਜਵਾਬ ਦੇ ਦਿੱਤਾ ਜਾ ਸਕਦਾ ਹੈ ਵੀ ਖਾਲਸਾ ਕੀ ਹੈ। ਇਹਦਾ ਜਵਾਬ ਹੈ ਇੱਕ ਅਕਾਲ ਦਾ ਉਪਾਸਕ ਹੈ ਖਾਲਸਾ, ਚੜ ਆਏ ਵੈਰੀ ਦਾ ਨਾਸ਼ਕ ਹੈ ਖਾਲਸਾ, ਗਰੀਬ ਤੇ ਮਜ਼ਲੂਮ ਦੀ ਢਾਲ ਹੈ ਖਾਲਸਾ, ਅਣਖ ਬਹਾਦਰੀ ਦੀ ਪਹਿਚਾਣ ਹੈ ਖਾਲਸਾ। ਤੇ ਨਾਲ ਕਹਿ ਦਿੱਤਾ ਗੁਰੂ ਖਾਲਸਾ ਤੇ ਖਾਲਸਾ ਗੁਰੂ ਹੈ ਖਾਲਸਾ। ਸਾਧ ਸੰਗਤ ਪਉਂਟਾ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਸੋਚਿਆ ਤੇ ਜਿਹੜੇ ਪਿਛਲੇ ਜਨਮ ਵਿੱਚ ਭੇਜਿਆ ਸੀ ਅਕਾਲ ਪੁਰਖ ਨੇ ਦੁਨੀਆਂ ਤੇ ਵੀ ਤੁਸੀਂ ਜਾ ਕੇ ਪੰਥ ਸਾਜਣਾ, ਸ਼ਾਇਦ ਇਸੇ ਕਰਕੇ ਸ਼ਬਦ ਵਰਤੇ ਗਏ ਕਿ ਮੈਨੂੰ ਆਗਿਆ ਮਿਲੀ ਸੀ, ਮੈਨੂੰ ਹੁਕਮ ਹੋਇਆ ਸੀ ਵੀ ਹੁਣ ਵਕਤ ਆ ਗਿਆ ਹੈ। ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਸਿੱਖ ਦੀ ਸ਼ੁਰੂਆਤ ਕੀਤੀ ਹੈ ਹੁਣ ਉਹਨੂੰ ਸੰਪੂਰਨ ਕਰਨ ਦਾ ਵਕਤ ਆ ਗਿਆ ਹੈ ਤੇ ਦਸਵੇਂ ਪਾਤਸ਼ਾਹ ਜੀ ਦੇ ਜਿੰਮੇ ਇਹ ਕੰਮ ਲਾਇਆ ਗਿਆ, ਦਸਵੇਂ ਪਾਤਸ਼ਾਹ ਦੇ ਜਿੰਮੇ। ਉਹਨੇ ਤਾਂ ਹੀ ਸ਼ਬਦ ਕਹੇ ਸਨ ਕਿ ਆਗਿਆ ਪਈ ਅਕਾਲ ਕੀ ਤਬੈ ਚਲਾਇਓ
ਪੰਥ, ਮੈਨੂੰ ਆਗਿਆ ਹੋਈ ਹੈ, ਮੈਂ ਆਪਣੀ ਮਰਜ਼ੀ ਨਾਲ ਨਹੀਂ ਕੁਝ ਕਰ ਰਿਹਾ, ਮੈਨੂੰ ਅਕਾਲ ਪੁਰਖ ਦਾ ਆਰਡਰ ਮਿਲਿਆ ਹੈ ਕਿ ਗੋਬਿੰਦ ਰਾਏ ਸਮਾਂ ਆ ਗਿਆ, ਹੁਣ ਦੁਨੀਆ ਨੂੰ ਲੋੜ ਹੈ ਉਸ ਪੰਥ ਦੀ, ਜਿਸ ਪੰਥ ਨੇ ਦੁਨੀਆ ਤੇ ਇੱਕ ਨਵਾਂ ਰੁਤਬਾ ਕਾਇਮ ਕਰਨਾ ਹੈ। ਇਸ ਖਾਲਸੇ ਦੇ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਤੇ ਜਿਹੜਾ ਪੰਥ ਚਲਾਉਣਾ ਹੈ ਇਹ ਪੰਥ ਮੰਨੇਗਾ ਤੇ ਕਿਹਨੂੰ ਮੰਨੇਗਾ? ਤੇ ਕਹਿ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿਉਂਕਿ ਖਾਲਸਾ ਅਕਾਲ ਪੁਰਖ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੀ ਕਾਂ ਨਹੀਂ ਮੰਨਦਾ। ਸਾਧ ਸੰਗਤ ਗਲਗੀਆਂ ਵਾਲੇ ਨੇ ਲੋੜ ਮਹਿਸੂਸ ਕੀਤੀ, ਹੁਣ ਵਕਤ ਹੈ, ਲੋੜ ਵੀ ਹੈ ਜ਼ਰੂਰਤ ਵੀ ਹੈ। ਅਤੇ ਜਦੋਂ ਮਹਾਰਾਜ ਫਿਰ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਮਾੜਾ ਸਮਾਂ, ਕਿਉਂਕਿ ਨਜ਼ਦੀਕ ਸੀ ਅਨੰਦਪੁਰ ਸਾਹਿਬ ਦੇ, ਉੱਥੇ ਆ ਜਾਣਾ, ਅਨੰਦਪੁਰ ਚਲੇ ਜਾਣਾ। ਫਿਰ ਜਿੱਦਣ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ, ਉੱਥੇ ਘਟਨਾ ਵਾਪਰੀ ਸੀ ਜਿਹਨੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਮਹਾਰਾਜ ਜੀ ਦਾ ਮਨ ਹੋਰ ਮਜ਼ਬੂਤ ਕੀਤਾ। ਪੰਥ ਸਾਜਾਂ ਨੇ ਜਿੱਦਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਹੁੰਦਾ ਹੈ ਨਾ ਜੀ, ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਇਹ ਆਪ ਜੀ ਨੂੰ ਪਤਾ ਹੈ। ਗੁਰੂ ਤੇਗ ਬਹਾਦਰ ਜੀ ਇੱਕੋ ਇੱਕ ਐਸੇ ਗੁਰੂ ਨੇ ਜੀ ਸਾਰੀ ਦੁਨੀਆ